श्री गुरु राम दास गुण गुरु अर्जन बिगनन के हर गोविंद शुभ श्री हर राय नमो कर जोरी नमो कर जोरी श्री हर कृष्ण मनाओ बहोरी एक बहादुर परम कृपाला परम कृपाला श्री गुरु गोविंद सिंह बिसाला तारों तारा पर पुन पुन सीसा गुरु पुन पुन सीसा बंदा सतगुरु ते प्रसाद सच होए वाहे गुरु जी की फतेह है बिघ्न विनाशन सोए वाहे गुरु जी की फतेह है बिघ्न विनाशन सोए शट पुत्र ने कर मत सर मन माहे निज सम कर बे अनुज कहो कही शाह के पाए वाहे गुरु जी का खालसा वाहे गुरु जी की फतेह जोगो जोग अटल सतगुरु धन 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 श्री गुरु ग्रंथ साहिब जी महाराज गरीब नवाज पातशाह दे पावन पवित्र चरणां च नौवें पातशाह तिलक जंजू राखा प्रभ ताका कीनो बड़ो कलू मैं साका साधन हेत इति जिन करी सीस दिया पर सी ना उचरी धन गुरु तेग बहादुर साहब जी महाराज जी दे पावन पवित्र चरण छो प्राप्त इतिहासक स्थान ते हाजरियां भर के आप समूह माई भाई अपने जीवन दियां घड़ियां गुरु लेखे ला के सफला और सकारथा कर रहे सतगुरु जी दे पावन इतिहास दी लड़ीवार कथा आप जी सरवण कर रहे हो जो के महाकवि कविराज भाई साहिब भाई संतोख सिंह जी चूड़ामणि जी ने बहुत ही अदब सत्कार श्रद्धा नाल लिखी समुचे खालसे पंथ ने भाई साहब नूं चूड़ामणि दा खिताब दे के नवाजिया चूड़ा मणि दा मतलब हुंदा जिवें मुकट हुंदा ना सिर ते ते मुकट दे विच कोई मणि लगी होवे ओह वक्खरी शोभा पाउंदी है ओहनूं चूड़ा मणि कह दिंदे आ सिख जगत दे जितने कवि होए ने ओहनां कवियां चों भाई साहब नूं
ਮਣੀ ਬਣ ਕੇ ਪ੍ਰਕਾਸ਼ਿਤ ਹੋਣ ਦਾ ਮਾਣ ਪ੍ਰਾਪਤ। ਇਸ ਕਰਕੇ ਪੰਥ ਨੇ ਉਹਨਾਂ ਨੂੰ ਖਿਤਾਬ ਦਿੱਤਾ ਚੂੜਾ ਮਣੀ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਪ੍ਰਾਰੰਭ ਹੈ। ਬਾਬਾ ਰਾਮ ਰਾਏ ਔਰੰਗਜ਼ੇਬ ਬਾਦਸ਼ਾਹ ਕੋਲ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਬਾਤਾਂ ਕਰ ਰਿਹਾ। ਦੱਸ ਰਿਹਾ ਕਿ ਪਿਤਾ ਦੀ ਗੱਦੀ ਦੇ ਉੱਤੇ, ਘਰ ਦੀ ਸੰਪਦਾ ਦੇ ਉੱਤੇ, ਵਿਭੂਤੀ ਦੇ ਉੱਤੇ ਮੇਰਾ ਹੱਕ ਸੀ, ਪਰ ਮੈਂ ਇੱਥੇ ਤੇਰੇ ਕੋਲ ਸੀ ਤੇ ਪਿੱਛੋਂ ਸਾਰਾ ਹੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪ੍ਰਾਪਤ ਕਰ ਲਿਆ। ਤੇਰੇ ਨਾਲ ਮਿਲਣ ਕਰਕੇ ਮੇਰੀ ਸਿੱਖ ਜਗਤ ਵਿੱਚ ਬਦਨਾਮੀ ਹੋ ਰਹੀ ਹੈ। ਬਾਦਸ਼ਾਹ, ਮੈਂ ਚਾਹੁੰਦਾ ਹਾਂ ਕਿ ਤੂੰ ਇੱਕ ਵਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਇੱਥੇ ਆਪਣੇ ਕੋਲ ਬੁਲਾ ਲੈ, ਉਹ ਵੀ ਆ ਕੇ ਤੈਨੂੰ ਤੇਰੇ ਕਹਿਣ ਤੇ ਕਰਾਮਾਤਾਂ ਵਿਖਾਉਣ ਤੇ ਅਸੀਂ ਦੋਵੇਂ ਬਰਾਬਰ ਹੋ ਜਾਈਏ। ਜਿਹੜੇ ਲੋਕ ਮੇਰੀ ਬਦਨਾਮੀ ਕਰਦੇ ਨੇ ਉਹ ਚੁੱਪ ਹੋ ਜਾਣਗੇ। ਔਰੰਗਜ਼ੇਬ ਬਾਦਸ਼ਾਹ ਨੇ ਬਾਬੇ ਰਾਮ ਰਾਏ ਦੇ ਅੰਦਰ ਦੀ ਇਹ ਦਵੈਸ਼ ਤੇ ਈਰਖਾ ਦਾ ਭਾਵ ਵੇਖਿਆ। ਆਖਿਆ, ਰਾਮ ਰਾਏ, ਤੇਰੇ ਕੋਲ ਵੀ ਰੁਤਬਾ ਹੈ, ਧਨ ਹੈ, ਸੰਪਦਾ, ਉਹ ਵੀ ਤੇਰਾ ਛੋਟਾ ਭਰਾ, ਨਾਲੇ ਹਾਲੇ ਉਹ ਬਾਲ ਰੂਪ ਚ ਨੇ, ਉਹਨਾਂ ਦੇ ਕੋਲ ਵੀ ਘਰ ਵਿੱਚ ਸਭ ਕੁਝ ਹੋਣਾ ਚਾਹੀਦਾ ਹੈ। ਤੈਨੂੰ ਮੇਰੇ ਦੇਸ਼ ਵਿੱਚ ਜਿੱਥੇ ਕੋਈ ਜਗ੍ਹਾ ਚਾਹੀਦੀ ਹੈ ਦੱਸ, ਮੈਂ ਦੇ ਦਿੰਦਾ, ਜਗੀਰ ਲਾ ਦਿੰਦਾ ਕਈ ਪਿੰਡਾਂ ਦੀ, ਤੇ ਸਿੱਖੀ ਸੇਵਕੀ ਤੇਰੀ ਵੀ ਬਹੁਤ ਹੈ, ਉਹਨਾਂ ਕੋਲੋਂ ਆਪਣੀ ਪੂਜਾ ਕਰਵਾਈ ਚੱਲ। ਪਰ ਰਾਮ ਰਾਏ ਬਾਦਸ਼ਾਹ ਨੂੰ ਕਹਿੰਦਾ, ਜੀ ਨਹੀਂ, ਇੱਕ ਵਾਰ ਮੈਂ ਚਾਹੁੰਦਾ ਕਿ ਅਸੀਂ ਦੋਵੇਂ ਬਰਾਬਰ ਹੋ ਜਾਈਏ। ਬਰਾਬਰ ਤਦੇ ਹੋਵਾਂਗੇ ਜੇ ਤੁਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਇੱਥੇ ਦਿੱਲੀ ਬੁਲਾ ਲਵੋ। ਰਾਮ ਰਾਏ ਦੇ ਹਿਰਦੇ ਵਿੱਚ ਇਹ ਗੱਲ ਜਿਵੇਂ ਕਿਸੇ ਦੇ ਸਰੀਰ ਚ ਬਰਛੇ ਦੀ ਨੋਕ ਟੁੱਟ ਜਾਏ ਤੇ ਉਹ ਅੰਦਰ ਸੱਲ ਪੈਦਾ ਕਰਦੀ ਹੈ ਨਾ, ਏਦਾਂ ਰਾਮ ਰਾਏ ਦੇ ਅੰਦਰ ਸੱਲ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਇਹਦੇ ਮਨ ਚ ਦਵੈਸ਼ ਹੈ। ਬਾਦਸ਼ਾਹ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੁਲਾ ਰਿਹਾ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅੰਕਿਤ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਜੇ ਛਟ ਪੁੱਤਰ ਨੇ, ਕਰ ਮਤ ਸਰ ਮਨ ਮਾਏ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬੇ ਰਾਮ ਰਾਏ ਨੇ ਆਪਣੇ ਮਨ ਵਿੱਚ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਪ੍ਰਤੀ ਪੂਰੀ ਈਰਖਾ ਤੇ ਦਵੈਸ਼ ਰੱਖੀ ਹੈ। ਨਿਜ ਸਮ ਕਰ ਬੇ ਅਨੁਜ ਕਹੋ, ਕਈ ਸ਼ਾਹ ਕੇ ਪਾਏ। ਔਰੰਗਜ਼ੇਬ ਬਾਦਸ਼ਾਹ ਨੂੰ ਰਾਮ ਰਾਏ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਇਹੀ ਕਹੀਆਂ ਨੇ ਕਿ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਆਪਣੇ ਬਰਾਬਰ ਕਰਨਾ ਚਾਹੁੰਦਾ ਹਾਂ। ਹੁਣ ਉਹਨਾਂ ਦੀ ਇਸ ਗੱਲੋਂ ਵਡਿਆਈ ਹੈ ਕਿ ਉਹ ਤੈਨੂੰ ਨਹੀਂ ਮਿਲੇ, ਮੇਰਾ ਇਸ ਗੱਲੋਂ ਨੁਕਸਾਨ ਹੋ ਰਿਹਾ ਕਿ ਬਾਦਸ਼ਾਹ ਮੈਂ ਤੈਨੂੰ ਮਿਲਿਆ ਹਾਂ, ਸੰਗਤ ਵਿੱਚ ਮੇਰੀ ਬਦਨਾਮੀ ਹੋ ਰਹੀ ਹੈ, ਤੇ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਆ ਕੇ ਤੈਨੂੰ ਮਿਲਣਗੇ ਅਸੀਂ ਦੋਵੇਂ ਬਰਾਬਰ ਹੋ ਜਾਵਾਂਗੇ, ਇੱਕ ਸਮਾਨ ਹੋ ਜਾਵਾਂਗੇ। ਚੋਪਈ ਸੁਨ ਨੌਰੰਗ ਨੇ ਹਿਰਦੇ ਵਿਚਾਰਾ। ਬਾਬੇ ਰਾਮ ਰਾਏ ਨੇ ਇਹ ਗੱਲਾਂ ਬਾਰ ਬਾਰ ਔਰੰਗਜ਼ੇਬ ਨੂੰ ਕਹੀਆਂ, ਔਰੰਗਜ਼ੇਬ ਨੇ ਸੁਣ ਕੇ ਆਪਣੇ ਮਨ ਹੀ ਮਨ ਵਿਚਾਰ ਕੀਤੀ, ਇਨ ਮਤ ਸਰ ਕਰ ਬਾਕੀ ਉਚਾਰਾ।
जी दे मन विच मत्सर है, ईरखा है। और उस ईरखा करके एहो जिया बातां एहो जिया गल्लां कह रहा है। आर बला है अल्प तिनो की। गुरु हरकृष्ण साहब जी दी उम्र हाले बचपन वाली है, बाल अवस्था विच ने, ओ 6-7 साल दी उम्र दे विचकार हन, ते हाले ओ बाल रूप दे विच विचर रहे ने। रहन मात टिग बैस जिनो की। ए उम्र मावां दे कोल रहन दी हुंदी है, 5-6 साल 7 साल दी उम्र जेड़ी बच्चे दी हुंदी मातावां दे कोल रहन दी हुंदी है। ए उम्र ओ उम्र नहीं हुंदी के बादशाहां दे दरबारां विच कचहरियां विचो चल के आउण, ए उम्र ही जागत नहीं दिंदी, बाल अवस्था है। ते ए बचपन दी अवस्था ता मातावां दे कोल रह के गुजारी जांदी है। किम आवे हम करें हकारन। जे मैं उहनां नूं बुलावांगा ते ओ किवें आउणगे, ओ तां बालक ने, ते बालक हमेशा मां दे नाल जुड़ के रहिंदे ने, अपनी मां तों जुड़ा हो के इत्थे किवें चल के आ सकदे हन। नैनिक सिओ करते किस कारण। ओ किसे कारण करके हाले तक अपने घरों बाहर अंदर भी नहीं निकले, जदों दे गुरु बने ने सुनिया के ओ कीर्तपुर साहब दे विच ही विराजमान ने, ਉਦੋਂ ਦੇ ਹਾਲੇ ਤੱਕ ਉਹ ਨਗਰ ਵਿੱਚੋਂ ਘਰੋਂ ਕਿਸੇ ਕਾਰਨ ਵੀ ਬਾਹਰ ਨਹੀਂ ਨਿਕਲੇ। ਪ੍ਰਾਤ ਪਨੇ ਮੈਂ ਅਦਿਕ ਸ਼ਰੀਕਾ। ਇਹ ਪ੍ਰਾਤ ਪੁਣੇ ਵਾਲੀ ਬਿਰਤੀ ਹੁੰਦੀ ਆ, ਇਹਦੇ ਚ ਸ਼ਰੀਕਾ ਕੰਮ ਕਰਦਾ, ਸ਼ਰੀਕ ਹੋਣਾ। ਜੇ ਤਾਂ ਸ਼ਰੀਕ ਸਹੀ ਹੋਵੇ ਤਾਂ ਠੀਕ, ਵਰਨਾ ਕਈ ਵਾਰ ਸ਼ਰੀਕ ਇੰਨੀ ਜ਼ਿਆਦਾ ਆਪਣੇ ਮਨ ਚ ਦਵੈਸ਼ ਤੇ ਈਰਖਾ ਰੱਖ ਲੈਂਦਾ ਕਿ ਉਹ ਸਭ ਕੁਝ ਖਤਮ ਕਰਨ ਨੂੰ ਵੀ ਤਿਆਰ ਹੋ ਜਾਂਦਾ ਹੈ। ਇਹ ਪ੍ਰਾਤ ਪੁਣੇ ਦੇ ਵਿੱਚ ਅਦਕ ਸ਼ਰੀਕਾ ਹੈ। ਕਰੇ ਦੁਐਸ਼ ਨੈ ਚਾਹੇ ਨੀਕਾ। ਸ਼ਰੀਕ ਹੁੰਦਾ ਉਹ ਆਪਣੇ ਸ਼ਰੀਕ ਦਾ ਭਲਾ ਨਹੀਂ ਚਾਹੁੰਦਾ, ਉਹ ਚਾਹੁੰਦਾ ਵੀ ਮੇਰੇ ਸ਼ਰੀਕ ਦਾ ਬੁਰਾ ਹੀ ਹੋਵੇ, ਮੇਰੇ ਥੱਲੇ ਹੀ ਦੱਬ ਕੇ ਰਹੇ, ਮੇਰੇ ਤੋਂ ਘੱਟ ਰਹੇ, ਮੇਰੇ ਤੋਂ ਅੱਗੇ ਨਾ ਵਧੇ। ਇਹ ਬਿਰਤੀ ਸ਼ਰੀਕ ਪੁਣੇ ਦੇ ਵਿੱਚ ਅਕਸਰ ਹੁੰਦੀ ਹੈ। ਜਿਮ ਹੋਇਓ ਹੈ ਸਦਨ ਹਮਾਰੇ। ਬਾਦਸ਼ਾਹ ਸੋਚਦਾ ਕਹਿੰਦਾ ਇਹ ਗੱਲ ਸਾਡੇ ਘਰ ਵਿੱਚ ਵੀ ਹੋ ਚੁੱਕੀ ਹੈ, ਅਸੀਂ ਵੀ 4 ਭਰਾ ਸੀ, ਸਾਡੇ ਚ ਕੋਈ ਘੱਟ ਸ਼ਰੀਕਾ ਚੱਲਿਆ ਬਾਦਸ਼ਾਹੀ ਨੂੰ ਲੈਣ ਲਈ, ਤਿੰਨਾਂ ਨੂੰ ਮਾਰ ਕੇ ਮੈਂ ਤਾਂ ਬਾਦਸ਼ਾਹ ਬਣਿਆ। ਔਰੰਗਜ਼ੇਬ ਆਪਣੇ ਬਾਰੇ ਵੀ ਸੋਚ ਰਿਹਾ, ਕਹਿੰਦਾ ਇਹ ਸਭ ਕੁਝ ਸਾਡੇ ਘਰ ਵਿੱਚ ਵੀ ਹੋ ਚੁੱਕਾ ਹੈ। ਰਾਜ ਕਰਿਓ ਨਿਜ ਪ੍ਰਾਤਨ ਮਾਰੇ। ਮੈਂ ਆਪਣੇ ਤਿੰਨਾਂ ਭਰਾਵਾਂ ਨੂੰ ਮਾਰ ਕੇ ਰਾਜ ਕੀਤਾ, ਦਾਰਾਸ਼ਕੋ ਵੱਡਾ ਸੀ ਹਾਲਾਂਕਿ ਰਾਜ ਦਾ ਹੱਕਦਾਰ ਸੀ, ਮੈਂ ਉਹਨੂੰ ਵੀ ਮਾਰਿਆ, ਕਾਮ ਬਖਸ਼ ਨੂੰ ਮਾਰਿਆ, ਮੁਰਾਦ ਬਖਸ਼ ਨੂੰ ਮਾਰਿਆ। ਉਹਨਾਂ ਨੂੰ ਮਾਰਨ ਤੋਂ ਬਾਅਦ ਮੈਂ ਤਾਂ ਜਾ ਕੇ ਹਿੰਦੁਸਤਾਨ ਦੇ ਤਖਤ ਦੇ ਉੱਤੇ ਬੈਠਾ ਹਾਂ। ਤਿਮ ਸਗਰੇ ਜਗ ਮੈਂ ਬਰਤਾਰਾ। ਇਹ ਗੱਲ ਕੱਲੀ ਸਾਡੇ ਘਰ ਚ ਨਹੀਂ, ਸਾਰੇ ਘਰਾਂ ਵਿੱਚ ਹੀ ਹੈ। ਬਾਦਸ਼ਾਹ ਕਹਿੰਦਾ ਵੀ ਮੈਂ ਸੋਚਿਆ ਸੀ ਵੀ ਸ਼ਾਇਦ ਮੈਂ ਹੀ ਏਦਾਂ ਦਾ, ਪਰ ਮੇਰੇ ਵਰਗੇ ਤਾਂ ਹੋਰ ਵੀ ਬੜੇ ਨੇ। ਕਹਿੰਦਾ ਵੀ ਇਹ ਅੱਗ ਤਾਂ ਘਰ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ। ਹਾਂਜੀ, ਹੋਤ ਸ਼ਰੀਕੇ ਮੈਂ ਦੁੱਖ ਪਾਰਾ। ਇਹਨਾਂ ਦਾ ਸ਼ਰੀਕ ਪੁਣਾ ਤਾਂ ਸਾਰਿਆਂ ਦੇ ਘਰਾਂ ਵਿੱਚ, ਸ਼ਰੀਕੇ ਦੇ ਵਿੱਚ ਤਾਂ ਬੜਾ ਭਾਰੀ ਡਾਢਾ ਦੁੱਖ ਹੁੰਦਾ ਹੈ। ਤੈਸੀ ਰੀਤ ਇਨੋ ਮੈਂ ਪਈ। ਜੋ ਕੁਝ ਸਾਡੇ ਘਰ ਚ ਹੋਇਆ ਉਹੀ ਕੁਝ ਅੱਜ ਰਾਮ ਰਾਏ ਦੇ ਘਰ ਵਿੱਚ ਹੋ ਰਿਹਾ, ਜੋ ਮੈਂ ਕਰ ਰਿਹਾ ਸੀ ਉਹ ਰਾਮ ਰਾਏ ਵੀ ਕਰ ਰਿਹਾ। ਮਮ ਸਮ ਲਗੂ ਨੇ ਗਾਦੀ ਲਈ। ਇਹ ਗੱਲ ਰਾਮ ਰਾਏ ਨਾਲ ਓਦਾਂ ਹੋਈ ਹੈ ਜਿਵੇਂ ਸਾਡੇ ਘਰ ਚ ਹੋਈ, ਕਿ ਮੈਂ ਸਾਰਿਆਂ ਤੋਂ ਛੋਟਾ ਸੀ, ਔਰੰਗਜ਼ੇਬ 4 ਭਰਾਵਾਂ ਚ ਛੋਟਾ ਸੀ। ਕਹਿੰਦਾ ਮੈਂ ਸਭ ਤੋਂ ਛੋਟਾ ਹੋਣ ਦੇ ਬਾਵਜੂਦ ਗੱਦੀ ਲੈ ਲਈ ਸੀ, ਉਹੀ ਗੱਲ ਰਾਮ ਰਾਏ ਨਾਲ ਹੋਈ ਹੈ, ਇਹਨਾਂ ਤੋਂ ਛੋਟੇ ਭਰਾ ਨੇ ਗੁਰਤਾ ਗੱਦੀ ਲੈ ਲਈ ਹੈ, ਇਹਨੂੰ ਤਾਂ ਦੁੱਖ ਹੋਣਾ ਹੀ ਸੀ, ਇਹਦੇ ਮਨ ਚ ਤਾਂ ਦਵੈਸ਼ ਆਉਣੀ ਸੀ। ਤਿੰਨ ਪੱਟ ਦੂਤ ਹਕਾਰੋ ਜਬੈ। ਬਾਦਸ਼ਾਹ ਸੋਚ ਰਿਹਾ, ਕਹਿੰਦਾ ਜੇ ਮੈਂ ਕੋਈ ਦੂਤ ਭੇਜ ਕੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਇੱਥੇ ਦਿੱਲੀ ਬੁਲਾਉਂਦਾ ਹਾਂ। ਰਿਸ ਕਰ ਸਰਾਪ ਨਾ ਕੁਛ ਕਹਿ ਤਬੈ। ਹਾਲੇ ਉਹ ਬਾਲਪਨੇ ਦੀ ਅਵਸਥਾ ਵਿੱਚ ਨੇ, ਕਿਤੇ ਐਸਾ ਨਾ ਹੋਵੇ ਕਿ ਰੋਸ ਕਰਕੇ
ਮੇਰੇ ਤੋਂ ਕ੍ਰੁੱਧਤ ਹੋ ਕੇ ਕੋਈ ਬਚਨ ਐਸਾ ਰਸਨਾ ਤੋਂ ਕਰ ਦੇਣਾ। ਪ੍ਰਥਮ ਹਕਾਰੇ ਇਹ ਚਲ ਆਇਓ, ਕੋਈ ਇਹੋ ਜਿਹਾ ਬਚਨ ਨਾ ਕਰ ਦੇਣ ਜਿਹਦੇ ਨਾਲ ਮੇਰਾ ਨੁਕਸਾਨ ਹੋਵੇ। ਕਿਉਂਕਿ ਜਦੋਂ ਮੈਂ ਪਹਿਲਾਂ ਸੱਦਾ ਭੇਜਿਆ ਸੀ ਗੁਰੂ ਹਰਿ ਰਾਏ ਸਾਹਿਬ ਨੂੰ, ਉਦੋਂ ਬਾਬਾ ਰਾਮ ਰਾਏ ਜੀ ਇਹ ਚੱਲ ਕੇ ਆਏ ਸਨ। ਅਜ਼ਮਤ ਜੁੱਤ ਕਰ ਇਤੇ ਪਠਾਇਓ, ਕਰਾਮਾਤਾਂ ਦੇ ਸਹਿਤ ਕਰਕੇ, ਅਜ਼ਮਤਾਂ ਦੇ ਸਹਿਤ ਕਰਕੇ ਗੁਰੂ ਜੀ ਨੇ ਇਹਨੂੰ ਇੱਥੇ ਮੇਰੇ ਕੋਲ ਭੇਜਿਆ। ਜੋ ਹਮ ਚੈਤ ਸਕਲ ਕਰਵਾਇਓ, ਉਦੋਂ ਮੈਂ ਚਾਹੁੰਦਾ ਸੀ ਉਹ ਮੈਂ ਰਾਮ ਰਾਏ ਕੋਲੋਂ ਕਰਵਾਇਆ ਹੈ। ਸਰਬ ਰੀਤ ਨੀਕੇ ਪਤੀ ਆਇਓ, ਚੰਗੀਆਂ ਰੀਤੀਆਂ ਨਾਲ ਹਰ ਪੱਖ ਤੋਂ ਮੈਂ ਇਹਨਾਂ ਨੂੰ ਅਜਮਾ ਕੇ ਪਰਖ ਕੇ ਵੇਖ ਲਿਆ। ਅਬ ਜੇ ਕਰ ਜੋਰ ਹਕਾਰੇ, ਜੇ ਹੁਣ ਮੈਂ ਕੋਈ ਜੋਰ ਕਰਕੇ ਕੋਈ ਤਾਣ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾਉਂਦਾ ਹਾਂ, ਸ਼ਾਹ ਦਵੈਸ਼ ਕੋ ਠੱਠੇ ਵਿਚਾਰੇ, ਮੇਰੀ ਭੰਡੀ ਹੋਵੇਗੀ ਲੋਕਾਂ ਵਿੱਚ, ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਹੋਵੇਗਾ ਕਿ ਬਾਦਸ਼ਾਹ ਗੁਰੂ ਘਰ ਨਾਲ ਦਵੈਸ਼ ਰੱਖਦਾ ਹੈ, ਇਸੇ ਕਰਕੇ ਬਾਰ ਬਾਰ ਗੁਰੂ ਘਰੋਂ ਬੁਲਾਉਂਦਾ। ਗੁਰੂਆਂ ਨੂੰ ਮੈਂ ਪਹਿਲਾਂ ਵੀ ਬੁਲਾ ਚੁੱਕਾ, ਰਾਮ ਰਾਏ ਆਇਆ ਹੀ ਹੋਇਆ, ਹੁਣ ਜੇ ਮੈਂ ਦੁਬਾਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕੋਈ ਜ਼ੋਰ ਕਰਕੇ ਬੁਲਾਉਂਦਾ ਹਾਂ ਤੇ ਲੋਕਾਂ ਵਿੱਚ ਫਿਰ ਮੇਰਾ ਕਿਰਦਾਰ ਮਾੜਾ ਗਿਣਿਆ ਜਾਏਗਾ, ਲੋਕ ਮੈਨੂੰ ਮਾੜਾ ਆਖਣਗੇ ਕਿ ਬਾਦਸ਼ਾਹ ਜਾਣ ਬੁੱਝ ਕੇ ਧੱਕਾ ਕਰ ਰਿਹਾ। ਵੱਡੋ ਪ੍ਰਾਤ ਜੇ ਪਹੁੰਚਿਓ ਪਾਸ, ਲੋਕ ਆਖਣਗੇ ਕਿ ਜੇ ਵੱਡਾ ਭਰਾ ਰਾਮ ਰਾਏ ਬਾਦਸ਼ਾਹ ਕੋਲ ਪਹਿਲਾਂ ਪਹੁੰਚਿਆ ਹੋਇਆ। ਮਮ ਅਧੀਨ ਪੁਨ ਰਹਿ ਕਿਆ ਆਸ, ਤੇ ਫਿਰ ਛੋਟੇ ਨੂੰ ਬੁਲਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਜਦੋਂ ਪਰਿਵਾਰ ਵਿੱਚੋਂ ਇੱਕ ਮੈਂਬਰ ਆਇਆ ਹੋਇਆ ਬਾਦਸ਼ਾਹ ਦੇ ਬੁਲਾਵੇ ਤੇ, ਫਿਰ ਦੂਜਿਆਂ ਨੂੰ ਬੁਲਾਉਣ ਦੀ ਤਾਂ ਜ਼ਰੂਰਤ ਨਹੀਂ ਹੈ। ਤੇ ਨਾਲੇ ਰਾਮ ਰਾਏ ਮੇਰੇ ਅਧੀਨ ਹੋ ਕੇ ਚੱਲ ਰਿਹਾ, ਮੇਰੇ ਤੋਂ ਬਾਗੀ ਵੀ ਨਹੀਂ ਜਿਹੜਾ ਮੈਂ ਦੂਜੇ ਨੂੰ ਬੁਲਾਵਾਂ, ਇਹ ਮੇਰੇ ਅਧੀਨ ਹੋ ਕੇ ਕੰਮ ਕਰਦਾ। ਹਿਮ ਵਿਚਾਰ ਔਰ ਨੌ ਰੰਗ ਕਹਿ, ਨਿਰੰਗੇ ਨੇ ਸਾਰੀਆਂ ਗੱਲਾਂ ਆਪਣੇ ਮਨ ਹੀ ਮਨ ਵਿਚਾਰੀਆਂ ਨੇ, ਚੰਗੀ ਤਰ੍ਹਾਂ ਇਹਨਾਂ ਗੱਲਾਂ ਦਾ ਨਿਰਣਾ ਕੀਤਾ ਕਿ ਜੇ ਮੈਂ ਇਹ ਕੰਮ ਕਰਦਾ ਤਾਂ ਕੀ ਹੋਵੇਗਾ, ਇਹ ਸਾਰਾ ਨਿਰਣਾ ਇਹਨੇ ਕੀਤਾ। ਕਿਆ ਕਹਿ ਬਾਤ ਬੁਲਾਵਨ ਚਾਹੇ, ਕਹਿੰਦਾ ਹੁਣ ਮੈਂ ਕੀ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਇੱਥੇ ਬੁਲਾ ਸਕਦਾ। ਅਜ਼ਮਤ ਹੇਰਨ ਕੇਰ ਹਕਾਰਨ, ਕਰਾਮਾਤਾਂ ਵੇਖਣ ਵਾਸਤੇ ਮੈਂ ਉਹਨਾਂ ਨੂੰ ਬੁਲਾਉਂਦਾ ਹਾਂ ਕਿ ਮੈਂ ਕਰਾਮਾਤਾਂ ਵੇਖਣੀਆਂ ਨੇ। ਸੋ ਤੁਮ ਕੀਨਸ ਪ੍ਰਥਮ ਦਿਖਾਰਨ, ਬਾਦਸ਼ਾਹ ਕਹਿੰਦਾ ਰਾਮ ਰਾਏ ਉਹ ਕਰਾਮਾਤਾਂ ਤੂੰ ਮੈਨੂੰ ਪਹਿਲਾਂ ਵਿਖਾ ਚੁੱਕਾ, ਮੈਂ ਹੁਣ ਕੀ ਕਹਿ ਕੇ ਬੁਲਾਵਾਂ ਉਹਨਾਂ ਨੂੰ, ਜੇ ਕਰਾਮਾਤਾਂ ਵੇਖਣ ਵਾਸਤੇ ਹੀ ਬੁਲਾਉਣਾ ਤੇ ਕਰਾਮਾਤਾਂ ਤੁਸੀਂ ਮੈਨੂੰ ਵਿਖਾ ਹੀ ਚੁੱਕੇ ਹੋ ਪਹਿਲਾਂ, ਹੋਰ ਭਲਾ ਮੈਂ ਕਿਹੜੀਆਂ ਕਰਾਮਾਤਾਂ ਵੇਖਣੀਆਂ ਨੇ। ਅਬ ਨਿਸਫਲ ਹੈ ਦੂਤ ਪਠਨ ਹੈ, ਮੈਂ ਆਪਣਾ ਕੋਈ ਦੂਤ ਭੇਜਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾਉਣ ਲਈ, ਉਹ ਸਹੀ ਨਹੀਂ ਹੈ, ਨਿਸ਼ਫਲ ਹੋਵੇਗਾ। ਲਗੂ ਬੈ ਆਵਨ ਤਿਨੋ ਕਠਨ ਹੈ, ਛੋਟੀ ਉਮਰ ਵਿੱਚ ਹਾਲੇ ਬਾਲਕ ਨੇ, ਬਾਲ ਅਵਸਥਾ ਵਿੱਚ ਨੇ, ਉਹਨਾਂ ਦਾ ਇੰਨੀ ਦੂਰ ਚੱਲ ਕੇ ਆਉਣਾ ਵੀ ਔਖਾ, ਕੀਰਤਪੁਰ ਸਾਹਿਬ ਤੋਂ ਇੱਥੇ ਤੱਕ ਪਹੁੰਚਣਾ ਵੀ ਔਖਾ ਹੈ। ਇੱਕ ਸ਼੍ਰੀ ਗੁਰ ਕੇ ਸੁਤ ਹੋ ਦੋ, ਤੁਸੀਂ ਇੱਕੋ ਗੁਰੂ ਦੇ ਪੁੱਤਰ ਹੋ, ਗੁਰੂ ਹਰਿ ਰਾਏ ਸਾਹਿਬ ਦੇ ਤੁਸੀਂ ਸਾਹਿਬਜ਼ਾਦੇ ਹੋ। ਅਤ ਅਜ਼ਮਤ ਮੈਂ ਸਮਸਰ ਹੋ, ਮੇਰੇ ਵਾਸਤੇ ਤਾਂ ਤੁਸੀਂ ਦੋਵੇਂ ਹੀ ਇੱਕ ਸਮਾਨ ਹੋ, ਜੇ ਕਰਾਮਾਤਾਂ ਜਿਹੜੀਆਂ ਤੁਹਾਡੇ ਚ ਨੇ ਉਹੀ ਉਹਨਾਂ ਵਿੱਚ, ਮੇਰੇ ਵਾਸਤੇ ਤਾਂ ਤੁਸੀਂ ਇੱਕੋ ਗੁਰੂ ਦੇ ਪੁੱਤਰ ਹੋ ਤੇ ਦੋਵੇਂ ਕਰਾਮਾਤਾਂ ਵਿੱਚ ਮੈਨੂੰ ਤੁਸੀਂ ਬਰਾਬਰ ਪ੍ਰਤੀਤ ਹੁੰਦੇ ਹੋ, ਤੁਹਾਡੇ ਵਿੱਚ ਮੈਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ। ਕਿਦੋਂ ਸੋ ਲਗੂ ਗਾਦੀ ਪਰ ਟੀਕਾ, ਫਿਰ ਉਹ ਛੋਟੇ ਨੇ ਤੇ ਗੁਰਤਾ ਗੱਦੀ ਦੇ ਉੱਤੇ ਟਿਕੇ ਨੇ, ਗੁਰਤਾ ਗੱਦੀ ਤੇ ਬੈਠੇ ਨੇ। ਤੁਮ ਤੇ ਹੋਏ ਹੈ ਅਧਿਕ ਬਧੀਕਾ, ਦੇ ਅੰਦਰ ਤੁਹਾਡੇ ਤੋਂ ਕੁਝ ਵਾਧਾ ਹੋਵੇਗਾ, ਉਹ ਤੁਹਾਡੇ ਤੋਂ ਵੱਧ ਪ੍ਰਤਾਪ ਵਾਲੇ ਹੋਣਗੇ। ਲਗੂ ਬੈ ਤੇ ਜਬ ਹੋਏ ਬਿਸਾਲਾ, ਪਰ ਮੈਂ ਹੁਣ ਨੀ ਉਹਨਾਂ ਨੂੰ ਬੁਲਾ ਸਕਦਾ, ਜਦੋਂ ਕੁਝ ਸਾਲਾਂ ਬਾਅਦ ਉਹ ਵੱਡੇ ਹੋ ਜਾਣਗੇ ਉਹਨਾਂ ਨੂੰ ਵੀ ਬੁਲਾ ਲਾਂਗਾ, ਪਰ ਹਾਲੇ ਤਾਂ ਉਹ ਬੱਚੇ ਨੇ, ਉਹਨਾਂ ਨੂੰ ਮੈਂ ਕਿਵੇਂ ਬੁਲਾਵਾਂ। ਚਲੋ ਮੰਨ ਲੈਣਾ ਮੈਂ ਵੀ ਉਹ ਗੁਰਤਾ ਗੱਦੀ ਤੇ ਬੈਠੇ ਨੇ, ਉਹਨਾਂ ਚ ਵੱਧ ਪ੍ਰਤਾਪ ਹੈ ਤੇਰੇ ਨਾਲ, ਵੱਧ ਕਰਾਮਾਤਾਂ ਨੇ, ਪਰ ਜਦੋਂ ਉਹ ਵੱਡੇ ਹੋਣਗੇ ਛੋਟੀ ਉਮਰ ਤੋਂ
फिर मैं उन्हां नूं अपने कोल सद लवांगा। करे हकारन को तिस काला, बुलाना मेरे लिए वाजब भी होवेगा क्योंकि वड्डे होणगे ते बुला सकांगा। हुण जे बच्चियां नूं बुलाउणा बाल अवस्था विच बुलाउणा मेरे ते कई दूषण लगणगे, मेरे ते कई तरह दियां लोकां ने खामियां कढ़णियां हन। अब तो अनुचित बात विचारो, हर पक्ष तो अनुचित बात है, उन्हां ते जोर नहीं पा सकदा। बच्चे ने बाल अवस्था विच ने, मां दे कोलों कदे विछड़ के बाहर नहीं आए, इस करके भी नहीं सद सकदा। इस करके हाले मैं उन्हां नूं बुलाउण विच समर्थ हां आराम राए, जदों वड्डे होणगे समा पा के फिर मैं उन्हां नूं बुला लवांगा। पठ कै दूत न निकट हकारो, हुण मैं दूत भेज के नहीं बुला सकदा। हुण दूत भेज के बुलाउण दा मतलब है भी मैं उन्हां ते जोर पा रहा, मैं उन्हां ते अपना हुक्म कर रहा। इहदे नाल गलत प्रभाव पवेगा, हो सकदा है वह रोस विच आ के कोई बचन कर दे। आराम राए, तुहाडा बचन भी पूरा हुंदा है, तुसीं कहिंदे हो तुहाडे नालों भी वध करामाती ने, जे उन्हां ने कोई बचन कर दिता फिर पता नहीं की होवेगा। इस करके मैनू तुसी एदां ही रहण दिओ, हाले मैं इस मसले ते कुछ नहीं कर सकदा। सुन श्री राम राय तब कहो, सुन के बाबा राम राय जी फिर बोले, कहण लगे इम विचार तुम नीके लयो। कहण लगे बादशाह सलामत, तुसी ए जड़ी गल कही है बिलकुल सही ते दुरुस्त कही है। होत हकारन की जुग बाती, बुलाउण बुलाउण विच भी बादशाह फर्क हुंदा। राम राय फिर अपने वल्लों होर घुमा के गल कहण लगा, कहिंदा जी बुलाउण विच भी दो प्रकार हुंदे ने, बुलाउण बुलाउण विच भी फर्क हुंदा। गर्बत कर कै बल बखियाती, दो तरीके हुंदे ने बुलाउण दे, एक ता हंकार दे विच हैंकड़ दे विच हुक्म करके बुलाउणा छेती आवे मेरे कोल, एक हुंदा बेनती करके बुलाउणा महाराज मैनू दर्शन दिओ। किन्ना फर्क है दोनां च, बुलाउण विच भी दो प्रकार हो गए ना, एक ता हंकार दे विच बुलाउणा छेती आओ इधर मेरे कोल, एक बेनती करके बुलाउणा महाराज जी मैनू दर्शन दिओ, एदे विच भी फर्क है। सोने आची बिघन परत है, हंकार करके बुलावो ता ए गल चंगी नहीं, एदे नाल बिघन पैदा हो सकदे ने, एदे नाल समस्या खड़ी हो सकदी है। देत श्राप को क्रोध करते, हंकार नाल बुलावेगा हो सकदा वो कोई श्राप भी दे देन गुस्से विच आके। बिने बखान बुलावन करनो, पर जे तुसी हाथ जोड़ के बेनती करके उन्हां नूं बुलावोगे ता एदे नाल ओह तुहाडे ते रंज नहीं होणगे सगों खुश होणगे कि बादशाह ने सानू बेनती करके सनिमर भाव नाल बुलाया है। ए नीको पुरशोत्तम बरनो, उत्तम पुरशां ने ए तरीका सब तो वधिया गिणिया कि किसे नू प्यार नाल बेनती करके सदना, बेनती करके बुलाउणा, ए सब तो वधिया तरीका उत्तम पुरशां वल्लों दस्या गया है। इम करते सब बिघन बिनासे, और एता करदिया सारे बिघन नस जांदे ने, सारे बिघना दा विनाश हो जांदा है। नित प्रत मंगल मैद प्रकाशे, और नेता प्रति मंगल खुशियां खेड़े आनंद वरतदे ने घरां विच। जांते करो विचारन ऐसे, करके बादशाह सलाम इस गल नूं तुसी अपने अंदर चंगी तरह विचारो। सो आवे अर सुख होए जैसे, ओ आ जान ते आ के तुहानू दर्शन देन ते तुहानू भी सुख प्राप्त होवे। तुसी इस तरीके नाल बुलाओ, तुसी बादशाही तरीके नाल जरूरी बुलाउणा, हंकारी तरीके नाल जरूरी बुलाउणा जिहदे नाल तुहानू दुख होवे। तुसी निम्रता नाल बेनती करके बुलाओ, आउणगे उन्हां दे तां दर्शन कीतियां ही सुख प्राप्त हुंदा, ओह आउणगे प्यार सहित बेनती कीतियां ते तुहानू सुख प्राप्त होवेगा। कर सन्मान हकारो ताहो, उन्हां दा सन्मान करके उन्हां नूं बुलाओ। दरसो परसो बैसो पाओ, और उन्हां दे दर्शन परसो, उन्हां दे कोल बैठो, उन्हां दियां गल्लां बातां सुनो। तिस छिन
ਨਿਰਪ ਜੈ ਸਿੰਘ ਸਵਾਈ। ਜਦੋਂ ਬਾਬਾ ਜੀ ਇਹ ਗੱਲਾਂ ਕਹਿ ਰਹੇ ਸਨ, ਉਸੇ ਸਭਾ ਵਿੱਚ ਰਾਜਾ ਜੈ ਸਿੰਘ ਬੈਠਾ ਹੋਇਆ। ਇਹ ਰਾਜਾ ਜੈ ਸਿੰਘ ਮਿਰਜ਼ਾ ਸੀ, ਇਹਦਾ ਜਿਹੜਾ ਖਿਤਾਬ ਸੀ ਇਹਨੂੰ ਮਿਰਜ਼ਾ ਕਹਿੰਦੇ ਸੀ। ਜੈਪੁਰ ਰਿਆਸ ਦਾ ਵਡੇਰਾ ਸੀ, ਇਹਦੇ ਅੰਸ਼ ਵੰਸ਼ ਵਿੱਚੋਂ ਹੀ ਅੱਗੇ ਹੋਇਆ ਜਿਹਨੇ ਜੈਪੁਰ ਵਸਾਇਆ। ਰਾਜਾ ਜੈ ਸਿੰਘ ਮਿਰਜ਼ਾ ਉਸ ਵੇਲੇ ਸਭਾ ਵਿੱਚ ਬੈਠਾ ਸੀ। ਇਹ ਬੜਾ ਵਿਦਵਾਨ ਵੀ ਸੀ ਅਰਬੀ ਫਾਰਸੀ ਦਾ, ਤੇ ਜਿਹੜਾ ਜੰਤਰ ਮੰਤਰ ਵਿੱਦਿਆ ਉਹਦੇ ਵਿੱਚ ਵੀ ਇਹ ਬੜਾ ਨਿਪੁੰਨ ਸੀ, ਜੋਤਸ਼ੀ ਸੀ। ਬਕਾਇਦਾ ਇਹਦੇ ਨਾਂ ਤੇ ਹਾਲੇ ਵੀ ਬੰਗਲਾ ਸਾਹਿਬ ਦੇ ਨੇੜੇ ਇੱਕ ਜੰਤਰ ਮੰਤਰ ਨਾਮ ਦੀ ਜਗ੍ਹਾ ਹੈ ਜਿੱਥੇ ਲੋਕ ਅਕਸਰ ਧਰਨੇ ਦੇਣ ਪਹੁੰਚਦੇ ਨੇ। ਹੁਣ ਉਹ ਜੰਤਰ ਮੰਤਰ ਨਾਮਕ ਜਿਹੜੀ ਜਗ੍ਹਾ ਉਹ ਰਾਜੇ ਜੈ ਸਿੰਘ ਨੇ ਬਣਾਈ ਸੀ, ਇਸੇ ਨੇ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਮੁਰੀਦ ਸੀ, ਸੇਵਕ, ਇਹ ਜੰਤਰ ਮੰਤਰ ਵਿੱਦਿਆ ਨੂੰ ਜਾਣਦਾ ਸੀ। ਉੱਥੇ ਬਕਾਇਦਾ ਇਹਨੇ ਉਹ ਜੰਤਰ ਮੰਤਰ ਚੌਂਕ ਬਣਾਇਆ, ਜਗ੍ਹਾ ਬਣਾਈ, ਤਿਆਰ ਕੀਤੀ। ਇਹ ਬੈਠਾ ਹੋਇਆ ਸੀ, ਇਹ ਕੋਲੋਂ ਬੋਲਿਆ, ਸੁਣ ਕੇ ਸਾਰੀ ਗੱਲਬਾਤ ਕਹਿਣ ਲੱਗਾ। ਸੁਣ ਬਿਰਤਾਂਤ ਸਭ ਕਹਿਓ ਬੁਝਾਈ। ਇਹਨੇ ਬਾਦਸ਼ਾਹ ਦਾ ਪੱਖ ਵੀ ਸੁਣਿਆ, ਬਾਬੇ ਰਾਮ ਰਾਏ ਦੀਆਂ ਗੱਲਾਂ ਵੀ ਸੁਣੀਆਂ। ਇਹ ਜੋ ਬਾਤ ਗੁਰਸੁਤ ਨੇ ਕਹੀ। ਕਹਿਣ ਲੱਗਾ ਰਾਜਾ ਜੈ ਸਿੰਘ ਬਾਦਸ਼ਾਹ ਸਲਾਮਤ, ਬਾਬਾ ਰਾਮ ਰਾਏ ਸਾਹਿਬ ਜੀ ਨੇ ਜਿਹੜੀ ਇਹ ਗੱਲ ਕਹੀ ਹੈ, ਸੋ ਹਮਨੇ ਮਨ ਆਛੀ ਲਈ। ਇਹ ਗੱਲ ਮੈਨੂੰ ਵੀ ਚੰਗੀ ਲੱਗੀ, ਵੀ ਬੁਲਾਉਣ ਬੁਲਾਉਣ ਵਿੱਚ ਵੀ ਫਰਕ ਹੁੰਦਾ ਹੈ। ਹੁਣ ਰਾਜੇ ਜੈ ਸਿੰਘ ਨੂੰ ਰਾਮ ਰਾਏ ਦੇ ਅੰਦਰ ਦੀ ਮਨਸਾ ਦਾ ਨਹੀਂ ਸੀ ਨਾ ਪਤਾ ਵੀ ਇਹਦੀ ਮਨਸਾ ਕੀ ਹੈ। ਉਹ ਤਾਂ ਸ਼ੁੱਧ ਭਾਵ ਨਾਲ ਜਿਵੇਂ ਉੱਥੇ ਵਿਚਾਰਾਂ ਚੱਲ ਰਹੀਆਂ ਸੀ ਸੁਣ ਕੇ ਉਹਦੇ ਮੁਤਾਬਕ ਬੋਲਿਆ। ਕਹਿਣ ਲੱਗਾ ਵੀ ਬੁਲਾਉਣ ਵਿੱਚ ਵੀ ਫਰਕ ਹੁੰਦਾ ਹੈ, ਨਿਮਰਤਾ ਨਾਲ ਪ੍ਰੇਮ ਸਹਿਤ ਬੇਨਤੀ ਕਰਕੇ ਬੁਲਾਉਣ ਵਿੱਚ ਤਾਂ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਹੁੰਦਾ। ਪੂਰਬ ਪੀ ਪਰ ਸੰਗ ਅਸ ਭਇਓ। ਉਹ ਪ੍ਰਸੰਗ ਪਹਿਲਾਂ ਵੀ ਹੋ ਚੁੱਕਾ ਹੈ, ਪਹਿਲਾਂ ਵੀ ਵਰਤ ਚੁੱਕਾ ਹੈ। ਇਨ ਕੋ ਬੜੋ ਸ਼ਾਹ ਟਿਗ ਆਇਓ। ਇਹਨਾਂ ਦੇ ਜਿਹੜੇ ਵਡੇਰੇ ਸਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਉਹ ਵੀ ਬਾਦਸ਼ਾਹ ਦੇ ਕੋਲ ਚੱਲ ਕੇ ਆਏ ਸਨ। ਜਹਾਂਗੀਰ ਪਾਤਸ਼ਾਹ ਬਿਸਾਲਾ। ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਤੁਹਾਡਾ ਦਾਦਾ ਯਾਨੀ ਕਿ ਬਾਦਸ਼ਾਹ ਜਹਾਂਗੀਰ ਸੀ, ਉਹਨੇ ਵੀ 6ਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ ਭੇਜੀ ਸੀ ਕਿ ਮਹਾਰਾਜ ਮੈਨੂੰ ਦਿੱਲੀ ਆ ਕੇ ਦਰਸ਼ਨ ਦਿਓ, ਤੇ ਉਹ ਆਏ ਵੀ ਸਨ ਬੇਨਤੀ ਨੂੰ ਸਵੀਕਾਰ ਕਰਕੇ। ਬੜੋ ਆਪ ਕੋ ਸ਼ੁਭ ਮਗ ਚਾਲਾ। ਬਾਦਸ਼ਾਹ ਤੁਹਾਡਾ ਵਡੇਰਾ ਬੜੇ ਸ਼ੁਭ ਰਸਤੇ ਤੇ ਸ਼ੁਭ ਮਾਰਗ ਤੇ ਚੱਲਿਆ। ਤਿਨੋ ਹਕਾਰੇ ਬਿਨੈ ਬਖਾਨੀ। ਉਹਨਾਂ ਨੇ ਬੇਨਤੀ ਕਰਕੇ ਬੜੇ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਇਆ ਸੀ, ਸ਼੍ਰੀ ਹਰਗੋਬਿੰਦ ਸਰ ਧਨ ਪਾਨੀ। ਔਰ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਤਨਖ ਧਾਰੀ ਨੇ, ਸੂਰਮੇ ਨੇ, ਯੋਧੇ ਨੇ, ਉਹ ਚੱਲ ਕੇ ਵੀ ਆਏ। ਮਿਲੇ ਆਨ ਬੜ ਰਸ ਕੋ ਰਾਖਾ। ਉਹ ਆ ਕੇ ਬਾਦਸ਼ਾਹ ਜਹਾਂਗੀਰ ਨੂੰ ਮਿਲੇ, ਉਹਦੇ ਨਾਲ ਕਈ ਮਹੀਨੇ ਰਹੇ, ਪ੍ਰੇਮ ਭਾਵ ਰੱਖਿਆ। ਸ਼ਾਹ ਜੋਰ ਕਰ 300 ਪਾਖਾ। ਇੱਕ ਦਿਨ ਬਾਦਸ਼ਾਹ ਜਹਾਂਗੀਰ ਨੇ ਹੱਥ ਜੋੜ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਦਿਆਂ ਕਿਹਾ, ਮੋਹੇ ਨਾਮ ਕੀ ਫੇਰੋ ਮਾਲਾ। ਮਹਾਰਾਜ ਮੇਰੇ ਤੇ ਕੋਈ ਸਮੱਸਿਆ, ਤੁਸੀਂ ਉਹਦਾ ਹੱਲ ਕਰੋ। ਉਹਦਾ ਹੱਲ ਇਹ ਹੈ ਕਿ ਤੁਸੀਂ ਮੇਰੇ ਨਾਮ ਦੀ 40 ਦਿਨ ਮਾਲਾ ਫੇਰੋ ਮੇਰੇ ਭਲੇ ਵਾਸਤੇ, ਪਰਮੇਸ਼ਰ ਦਾ ਨਾਮ ਜਪੋ 40 ਦਿਨ। ਜਿਸ ਤੇ ਸੰਕਟ ਕਟੈ ਕਰਾਲਾ। ਇਹਦੇ ਨਾਲ ਮੇਰੇ ਸੰਕਟ ਕੱਟੇ ਜਾਣ। ਕਹੇ ਨਜੂਮੀ ਕੇ ਇਮਕੀਨ। ਬਾਦਸ਼ਾਹ ਨੇ ਇਹ ਗੱਲ ਨਜੂਮੀ ਦੇ ਕਹਿਣ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹੀ ਸੀ, ਦੁਰਗ ਗਵਾਲੀਅਰ ਪਠਬੇ ਕੀਨ। ਉਸ ਵੇਲੇ 6ਵੇਂ ਪਾਤਸ਼ਾਹ ਨੇ ਬਾਦਸ਼ਾਹ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਬਾਦਸ਼ਾਹ ਦੇ ਭਲੇ ਵਾਸਤੇ ਤਪ ਕੀਤਾ, ਸਾਧਨਾ ਕੀਤੀ। ਜਹਾਂ ਕੈਦ ਖਾਨਾ ਬਹੁ ਤੇਰਾ। ਹਾਲਾਂਕਿ ਗਵਾਲੀਅਰ ਦਾ ਜੋ ਕਿਲਾ ਹੈ ਉਹ ਬੜਾ ਵੱਡਾ ਕੈਦ ਖਾਨਾ ਹੈ, ਉੱਥੇ ਗਿਆ ਹੋਇਆ ਵਿਅਕਤੀ ਮੁੜ ਵਾਪਸ ਬਾਹਰ ਨਹੀਂ ਆਉਂਦਾ। ਸਭ ਬੈ ਕੈਦੀ ਤਹਾਂ ਬਸੇਰਾ। ਉਸ
ਕਿਲੇ ਵਿੱਚ ਉਹਨਾਂ ਕੈਦੀਆਂ ਨੂੰ ਰੱਖਿਆ ਜਾਂਦਾ ਜਿਨ੍ਹਾਂ ਨੂੰ ਤਾ ਉਮਰ ਕੈਦ ਹੋਈ ਹੁੰਦੀ ਹੈ। ਤਾ ਉਮਰ ਕੈਦ ਦਾ ਮਤਲਬ ਵੀ ਅੰਤਲੇ ਸਾਹ ਤੱਕ ਅੰਦਰ ਹੀ ਰਹਿਣਾ। ਜਿਹੜੇ ਤਾ ਉਮਰ ਕੈਦ ਨੂੰ ਕੱਟਣ ਵਾਲੇ ਕੈਦੀ ਹੁੰਦੇ ਨੇ ਉਹਨਾਂ ਨੂੰ ਉਸ ਕਿਲੇ ਵਿੱਚ ਰੱਖਿਆ ਜਾਂਦਾ ਸੀ। ਸੁਨਤ ਸ਼ਾਹ ਕੀ ਬਿਨੈ ਪ੍ਰਸੀਜੇ, ਗੱਲ ਗੁਰੂ ਹਰਗੋਬਿੰਦ ਸਾਹਿਬ ਜਾਣਦੇ ਵੀ ਸਨ, ਪਰ ਬਾਦਸ਼ਾਹ ਦੀ ਬੇਨਤੀ ਨੂੰ ਸੁਣ ਕੇ ਉਹ ਪ੍ਰਸੰਨ ਹੋਏ। ਉਹਨਾਂ ਨੇ ਬਿਨਾਂ ਕਿਸੇ ਪ੍ਰਕਾਰ ਦਾ ਇਨਕਾਰ ਕੀਤਿਆਂ ਉਸ ਕਿਲੇ ਵਿੱਚ ਜਾਣਾ ਸਵੀਕਾਰ ਕੀਤਾ। ਪ੍ਰਵਸ਼ੇ ਦੁਰਗ ਜਾਏ ਜਪ ਕੀਜੇ, ਉਸ ਗਵਾਲੀਅਰ ਦੇ ਕਿਲੇ ਵਿੱਚ ਉਹਨਾਂ ਨੇ ਪ੍ਰਵੇਸ਼ ਕਰਕੇ ਭਾਰੀ ਤਪ ਕੀਤਾ, ਜਪ ਕੀਤਾ। ਜੇ ਰਾਜਪੂਤ ਕੈਦ ਮੈਂ ਤਾਂ, ਉੱਥੇ ਜਿਹੜੇ ਰਾਜਪੂਤ ਰਾਣੇ ਰਾਜੇ ਸਨ ਉਸ ਕੈਦ ਦੇ ਅੰਦਰ, ਬਸਨ ਬਸਨ ਸਭ ਕੋ ਦੀਏ ਤਾਂ, ਉਹਨਾਂ ਨੂੰ ਛੇਵੇਂ ਪਾਤਸ਼ਾਹ ਨੇ ਕਿਰਤਾਰਥ ਕੀਤਾ ਦਰਸ਼ਨ ਦੇ ਕੇ। ਉਹਨਾਂ ਦੀ ਰੌਂ ਬਦਲ ਗਈ ਜਦੋਂ ਮਹਾਰਾਜ ਜੀ ਉੱਥੇ ਪਹੁੰਚੇ। ਉਹਨਾਂ ਨੂੰ ਵਧੀਆ ਖੁਰਾਕ ਖਾਣ ਨੂੰ, ਪਹਿਨਣ ਨੂੰ ਵਸਤਰ ਮਿਲਣ ਲੱਗ ਪਏ। ਪੁਨੇ ਬੁਲਾਏ ਤਰ ਚਾਲੀਸਾ, ਜਦੋਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਵਾਪਸ ਸੱਦਿਆ, ਵਾਪਸ ਬੁਲਾਇਆ, ਕਹਿ ਮੁਚਵਾਏ ਸਕਲ ਮਹੀਸ਼ਾ, ਉਹਨਾਂ ਨੇ ਕਿਹਾ ਅਸੀਂ ਤਾਂ ਹੁਣ ਇਹਨਾਂ ਰਾਜਿਆਂ ਨੂੰ ਨਾਲ ਲੈ ਕੇ ਆਵਾਂਗੇ। ਦਰਅਸਲ ਰਾਜਾ ਜੈ ਸਿੰਘ ਉਹਨਾਂ ਰਾਜਪੁਤਾਨੇ ਦੇ ਸਾਰੇ ਰਾਜਿਆਂ ਤੋਂ ਵਾਕਫ ਸੀ ਜਿਹੜੇ ਉਸ ਕੈਦ ਦੇ ਵਿੱਚੋਂ ਛੁੱਟ ਕੇ ਆਏ ਹੋਏ ਸਨ, ਕਿਉਂਕਿ ਇਹ ਵੀ ਰਾਜਪੂਤ ਰਾਜਾ ਸੀ ਰਾਜਾ ਜੈ ਸਿੰਘ। ਕਹਿਣ ਲੱਗਾ ਜੀ ਉਹ ਜਿੰਨੇ ਰਾਜੇ ਸਨ ਉੱਥੇ ਕੈਦੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਦਸ਼ਾਹ ਨੂੰ ਕਹਿ ਕੇ ਉਹਨਾਂ ਸਾਰੇ ਰਾਜਿਆਂ ਨੂੰ ਮੁਕਤ ਕਰਵਾਇਆ। ਸਭ ਰਾਜਪੂਤਨ ਮੈਂ ਬਿਰਤਾਂਤ, ਗੱਲ ਸਾਰੇ ਰਾਜਪੂਤ ਭਾਈਚਾਰੇ ਵਿੱਚ ਰਾਜਪੂਤ ਘਰਾਣਿਆਂ ਦੇ ਵਿੱਚ ਪ੍ਰਚਲਿਤ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡੇ ਬਜ਼ੁਰਗਾਂ ਤੇ ਕਿਰਪਾ ਕੀਤੀ ਔਰ ਉਸ ਕੈਦ ਖਾਨੇ ਚੋਂ ਛੁਡਾ ਕੇ ਸਾਨੂੰ ਰਾਜ ਭਾਗ ਬਖਸ਼ੇ। ਅਬ ਲੋਕ ਕਹੇ ਸੁਨੇ ਬਖਿਆਤ, ਬਾਦਸ਼ਾਹ ਸਾਡੇ ਨਗਰਾਂ ਵਿੱਚ ਇੱਧਰ ਰਾਜਸਥਾਨ ਦੇ ਇਲਾਕੇ ਵਿੱਚ, ਇੱਧਰ 22 ਧਾਰ ਦੀਆਂ ਰਿਆਸਤਾਂ ਦੇ ਵਿੱਚ ਹਾਲੇ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਂ ਲਿਆ ਜਾਂਦਾ, ਉਹਨਾਂ ਦੀ ਸੋਭਾ ਕੀਤੀ ਜਾਂਦੀ ਹੈ। ਪੁਰਸ਼ੋਤਮ ਜੇ ਹੈ ਜਗ ਮਾਈ, ਜਿਹੜੇ ਉੱਤਮ ਪੁਰਸ਼ ਨੇ ਇਸ ਜਗਤ ਵਿੱਚ, ਸ੍ਰੇਸ਼ਟ ਪੁਰਸ਼, ਪੁਰਸ਼ੋਤਮ ਦਾ ਮਤਲਬ ਹੁੰਦਾ ਉੱਤਮ ਪੁਰਸ਼, ਜਿਹੜੇ ਉੱਤਮ ਪੁਰਸ਼ ਨੇ ਸੰਸਾਰ ਵਿੱਚ, ਬਿਨੈ ਸੁਨਤਈ ਬਸ ਹੋਏ ਜਾਈ, ਉਹ ਤਾਂ ਬੇਨਤੀ ਸੁਣ ਕੇ ਵਸ ਚ ਆ ਜਾਂਦੇ ਆ। ਉਹਨਾਂ ਨੂੰ ਬੇਨਤੀ ਕਰੋ ਤੇ ਵਸ ਵਿੱਚ ਆ ਜਾਂਦੇ, ਇਹ ਉੱਤਮ ਪੁਰਸ਼ਾਂ ਦੀ ਨਿਸ਼ਾਨੀ ਹੈ। ਉਹ ਬੇਨਤੀ ਕੀਤਿਆਂ ਵਸ ਜਾਉਂਦੇ ਨੇ, ਆਪਣਾ ਜ਼ੋਰ ਪਾਇਆ ਵਸ ਨਹੀਂ ਆਉਂਦੇ। ਕਿ ਜੇ ਕਹੋ ਵੀ ਆਪਣੇ ਜ਼ੋਰ ਨਾਲ ਆਪਣੇ ਬਲ ਨਾਲ ਉਹਨਾਂ ਨੂੰ ਕਾਬੂ ਕਰੀਏ, ਫਿਰ ਨਹੀਂ, ਬੇਨਤੀ ਕੀਤਿਆਂ ਉੱਤਮ ਪੁਰਸ਼ ਵਸ ਵਿੱਚ ਆ ਜਾਂਦੇ ਹਨ। ਤਿਮ ਸ਼੍ਰੀ ਸਤਿਗੁਰ ਕੋ ਇਹ ਬੰਸ, ਉਸੇ ਸਤਿਗੁਰਾਂ ਦਾ ਇਹ ਬੰਸ਼ ਹੈ ਗੁਰੂ ਹਰਗੋਬਿੰਦ ਸਾਹਿਬ ਦਾ, ਜਿਹਨਾਂ ਨੇ ਬਾਦਸ਼ਾਹ ਜਹਾਂਗੀਰ ਦੀ ਬੇਨਤੀ ਨੂੰ ਮੰਨ ਕੇ ਗਵਾਲੀਅਰ ਦੇ ਕਿਲੇ ਚ ਜਾਣਾ ਕਬੂਲ ਕਰ ਲਿਆ। ਹਾਲਾਂਕਿ ਉਸ ਕਿਲੇ ਵਿੱਚ ਜਾਣਾ ਮਜਾਣ ਦਾ ਮਤਲਬ ਸੀ ਕਿ ਉਸ ਕਿਲੇ ਚ ਮੁੜ ਕੇ ਬਾਹਰ ਆਉਣਾ ਔਖਾ ਸੀ, ਪਰ ਉਹ ਗਏ, ਬੇਨਤੀ ਨੂੰ ਮੰਨ ਕੇ ਉੱਥੇ ਪਹੁੰਚੇ। ਉਸੇ ਸਤਿਗੁਰਾਂ ਦਾ ਇਹ ਵੰਸ਼ ਹੈ। ਕਿਉਂ ਨਾ ਪ੍ਰਸੰਨੇ ਕਰੇ ਪ੍ਰਸੰਸ, ਉਹ ਕਿਉਂ ਨਾ ਪ੍ਰਸੰਨ ਹੋਣਗੇ ਜੇ ਤੂੰ ਉਹਨਾਂ ਦੀ ਪ੍ਰਸੰਸਾ ਕਰੇਗਾ। ਆਵੇਂਗੇ ਨੈ ਬਿਲਮ ਲਗਾਵੇ, ਮੈਨੂੰ ਇਹ ਭਰੋਸਾ ਹੈ ਕਿ ਜੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਤੇ ਉਹ ਜ਼ਰੂਰ ਚੱਲ ਕੇ ਆਉਣਗੇ, ਉਹ ਜ਼ਰੂਰ ਇੱਥੇ ਆ ਕੇ ਦਰਸ਼ਨ ਦੇਣਗੇ। ਕਰ ਸਨਮਾਨ ਜੇ ਆਪ ਬੁਲਾਵੇ, ਜੇ ਤੁਸੀਂ ਸਨਮਾਨ ਕਰਕੇ ਬੁਲਾਓਗੇ, ਉਹਨਾਂ ਦਾ ਸਤਿਕਾਰ ਕਰਕੇ ਬੁਲਾਓਗੇ, ਭਾਵਨਾ ਨਾਲ ਬੁਲਾਓਗੇ ਤੇ ਜ਼ਰੂਰ ਆਉਣਗੇ। ਕਿਮ ਜੈ ਸਿੰਘ ਸਵਾਈ ਕਹਿਓ, ਜਦੋਂ ਰਾਜੇ ਜੈ ਸਿੰਘ ਨੇ ਇਹ ਗੱਲਾਂ ਕਹੀਆਂ ਔਰੰਗਜ਼ੇਬ ਬਾਦਸ਼ਾਹ ਨੂੰ, ਸੁਣਿਓ ਸ਼ਾਹ ਮਨ ਨੀਕੇ ਲਇਓ, ਬਾਦਸ਼ਾਹ ਨੇ ਇਹ ਗੱਲ ਸੁਣੀ ਤੇ ਇਹਦੇ ਮਨ ਨੂੰ ਚੰਗੀ ਲੱਗੀ। ਕਹਿੰਦਾ ਜੀ ਰਾਜਾ ਜੈ ਸਿੰਘ ਜੀ, ਤੁਸੀਂ ਇਹ ਗੱਲ ਬੜੀ ਸੁੰਦਰ ਕਹੀ ਹੈ। ਚਿਤਵਤ ਚਿਤ ਮੈਂ ਇਸਕੇ ਹਾਥ, ਸੋ
ਸੋਚਦਾ ਆਪਣੇ ਚਿੱਤ ਵਿੱਚ ਕਿ ਇਹਦੇ ਹੱਥ ਵਿੱਚ ਕਰੇ ਹਕਾਰਨ ਬਿਨਤੀ ਸਾਥ। ਮਨ ਚ ਸੋਚਣ ਲੱਗ ਪਿਆ ਰੰਗਦੇਵ ਕਿ ਰਾਜੇ ਜੈ ਸਿੰਘ ਨੂੰ ਇਹ ਜ਼ਿੰਮੇਵਾਰੀ ਦੇ ਦਿਆਂ ਵੀ ਤੂੰ ਹੀ ਬੁਲਾ ਫਿਰ ਬੇਨਤੀ ਕਰਕੇ ਉਹਨਾਂ ਨੂੰ ਕਿ ਮੈਂ ਤਾਂ ਨਹੀਂ ਭੇਜਦਾ ਸੁਨੇਹਾ ਕੋਈ, ਇਹਦੇ ਵਿੱਚ ਵੀ ਇਹਨੇ ਰਾਜਨੀਤੀ ਵਰਤੀ, ਅੱਗੇ ਬਚਨ ਆਵੇਗਾ। ਸੋਚ ਰਿਹਾ ਕਿ ਮੈਂ ਰਾਜੇ ਜੈ ਸਿੰਘ ਦੀ ਡਿਊਟੀ ਲਾ ਦਿਆਂ ਕਿ ਇਹੀ ਉਹਨਾਂ ਨੂੰ ਬੁਲਾਵੇ। ਜੇ ਰਿਸ ਹੋਏ ਤਾਂ ਇਸ ਪਰ ਹੋਏ। ਗੁਰੂ ਸਾਹਿਬ ਗੁੱਸੇ ਹੋਣਗੇ ਵੀ ਤੇ ਇਹਦੇ ਤੇ ਹੋਣਗੇ, ਮੈਂ ਫਿਰ ਬਚਿਆ ਰਹਾਂਗਾ। ਇਹ ਸੋਚਣ ਲੱਗ ਪਿਆ ਵੀ ਜੇ ਕਿਤੇ ਕੋਈ ਬਚਨ ਕਰਨਗੇ ਵੀ, ਗੁੱਸੇ ਵਿੱਚ ਆਉਣਗੇ ਵੀ, ਤੇ ਜੈ ਸਿੰਘ ਨੇ ਬੁਲਾਇਆ ਫਿਰ ਮੈਂ ਥੋੜੀ ਬੁਲਾਇਆ। ਜੇ ਆ ਗਏ, ਆ ਕੇ ਦਰਸ਼ਨ ਦੇ ਦਿੱਤੇ ਤੇ ਸੁੱਖ ਮੈਨੂੰ ਪ੍ਰਾਪਤ ਹੋਣਾ, ਤੇ ਜੇ ਨਾ ਆਏ, ਗੁੱਸੇ ਵਿੱਚ ਕੋਈ ਬਚਨ ਕਰ ਦਿੱਤਾ ਤੇ ਫਿਰ ਰਾਜਾ ਜੈ ਸਿੰਘ ਭੁਗਤੇ ਤੇ ਉਹ ਜਾਣ। ਇਹ ਨੇ ਰਾਜਨੀਤਿਕ ਲੋਕ ਅਕਸਰ ਇਹੀ ਕਰਦੇ, ਦੂਜਿਆਂ ਦੇ ਮੋਢੇ ਤੇ ਰੱਖ ਕੇ ਚਲਾਉਂਦੇ। ਇਹ ਬਿਰਤੀ ਰਹੀ ਆ ਉਹਨਾਂ ਦੀ ਸ਼ੁਭ ਮੁੱਢ ਤੋਂ, ਇਹਨੂੰ ਕੂਟਨੀਤੀ ਕਹਿੰਦੇ। ਆਪ ਉਦੋਂ ਅੱਗੇ ਆਉਣਾ ਜਦੋਂ ਕੋਈ ਚੰਗਾ ਕੰਮ ਹੋਵੇ, ਕੋਈ ਮਾੜਾ ਕੰਮ ਕਰਾਉਣਾ ਉਦੋਂ ਆਪਣੇ ਅੱਗੇ ਕਰਿੰਦੇ ਰੱਖੇ ਹੁੰਦੇ, ਉਹਨਾਂ ਦੇ ਮੋਢੇ ਤੇ ਰੱਖ ਕੇ ਚਲਾਉਣੀ, ਉਹਨਾਂ ਦੇ ਮੋਢੇ ਤੇ ਰੱਖ ਕੇ ਮਾੜੇ ਕੰਮ ਕਰਨੇ, ਭ੍ਰਿਸ਼ਟਾਚਾਰ ਕਰਨੇ, ਵੀ ਜਦੋਂ ਫਸਣਗੇ ਉਹ ਫਸਣਗੇ, ਜੇਲ੍ਹ ਜਾਣਗੇ ਉਹ ਜਾਣਗੇ, ਵੀ ਇਹਦਾ ਤੇ ਇਹਨਾਂ ਦੇ ਨਾਂ ਦੇ ਉੱਤੇ ਹੈ ਜ਼ਮੀਨ ਜੀ, ਇਹ ਤਾਂ ਇਹਨਾਂ ਦੇ ਨਾਂ ਉੱਤੇ ਇਹ ਕੰਮ ਹੋ ਰਿਹਾ, ਜੇ ਆਮਦਨ ਹੋਣੀ ਹੈ ਤੇ ਆਪਣੀ, ਜੇ ਨੁਕਸਾਨ ਹੋਣਾ ਤਾਂ ਉਹਨਾਂ ਦਾ। ਤੋ ਬਾਦਸ਼ਾਹ ਨੇ ਨੀਤੀ ਵਰਤੀ ਹੈ। ਜੇ ਪਰਸਨ ਦਰਸੇ ਸਭ ਕੋਏ। ਜੇ ਗੁਰੂ ਸਾਹਿਬ ਪ੍ਰਸੰਨ ਹੋਏ ਤੇ ਫਿਰ ਸਾਰੇ ਉਹਨਾਂ ਦੇ ਦਰਸ਼ਨ ਕਰਨਗੇ। ਹਿਮ ਵਿਚਾਰ ਕਰ ਨੌਰੰਗ ਪੰਨਿਓ। ਇਦਾਂ ਦੇ ਵਿਚਾਰ ਕਰਕੇ ਨੌਰੰਗਾ ਬੋਲਿਆ, ਪਉ ਜੈ ਸਿੰਘ ਸਵਾਈ ਸੁਣਿਓ। ਕਹਿਣ ਲੱਗੇ, ਹੇ ਰਾਜਾ ਜੈ ਸਿੰਘ ਸੁਣ, ਆਚੀ ਬਾਤ ਕਹੀ ਇਮ ਕਰੋ। ਜਿਹੜੀ ਗੱਲ ਕਹੀ ਬਿਲਕੁਲ ਚੰਗੀ ਕਹੀ, ਹੁਣ ਇਹ ਕੰਮ ਤੂੰ ਹੀ ਕਰ, ਇਹ ਹੁਣ ਕੰਮ ਤੈਨੂੰ ਹੀ ਕਰਨਾ ਪਵੇਗਾ। ਤੁਮੇ ਬੁਲਾਵਨ ਉਦਮ ਤਰੋ। ਤੂੰ ਹੀ ਹੁਣ ਉਹਨਾਂ ਨੂੰ ਬੁਲਾਉਣ ਦਾ ਉਦਮ ਕਰ। ਜੇ ਤੂੰ ਕਹਿਣਾ ਵੀ ਬੇਨਤੀ ਕੀਤਿਆਂ ਖੁਸ਼ ਹੁੰਦੇ ਆ ਤੇ ਫਿਰ ਇਹ ਕੰਮ ਹੁਣ ਤੈਨੂੰ ਹੀ ਕਰਨਾ ਪਵੇਗਾ, ਇਹਦਾ ਉਦਮ ਤੂੰ ਹੀ ਕਰ। ਆਪਣੋ ਪੱਠੀਏ ਨਰ ਪ੍ਰਧਾਨ। ਆਪਣੇ ਕਿਸੇ ਪ੍ਰਧਾਨ ਬੰਦੇ ਨੂੰ ਜੇ ਆਪ ਜਾਣਾ ਤਾਂ ਠੀਕ ਹੈ, ਜੇ ਤੂੰ ਨਹੀਂ ਜਾਣਾ ਤੇ ਆਪਣਾ ਕੋਈ ਚੰਗਾ ਜਿਹੜਾ ਤੇਰਾ ਆਗੂ ਹੋਵੇ ਉਹਨੂੰ ਭੇਜ ਉਹਨਾਂ ਕੋਲ। ਜੋ ਲਿਆਵੇ ਬਹੁ ਬਿਨੇ ਬਖਾਨ। ਜਿਹੜਾ ਉਹਨਾਂ ਨੂੰ ਬੇਨਤੀਆਂ ਕਰਕੇ ਲੈ ਕੇ ਆਵੇ। ਜਿਸ ਤੇ ਰਿਸ ਨਾ ਕਰੇ ਸੁਣ ਕੈਸੇ। ਇਹਦੇ ਨਾਲ ਉਹ ਕਿਸੇ ਪ੍ਰਕਾਰ ਨਾਲ ਗੁੱਸੇ ਵਿੱਚ ਨਾ ਆਉਣ, ਕੋਈ ਕ੍ਰੋਧ ਨਾ ਕਰਨ। ਦਿੱਲੀ ਪੁਰ ਲਗ ਆਨੇ ਜੈਸੇ। ਉਹਨਾਂ ਨੂੰ ਬਾਲ ਸਤਕਾਰ ਇੱਥੇ ਦਿੱਲੀ ਤੱਕ ਲੈ ਕੇ ਆਵੇ। ਕੋਈ ਏਦਾਂ ਦਾ ਆਪਣਾ ਪ੍ਰਧਾਨ ਵਜ਼ੀਰ ਭੇਜ ਸਤਿਗੁਰਾਂ ਕੋਲ। ਪਠਾਵਨ ਸਭ ਅਸਵਾਰੀ। ਔਰ ਹਰ ਇੱਕ ਪ੍ਰਕਾਰ ਦੀ ਸਵਾਰੀ ਭੇਜ, ਕਿਉਂਕਿ ਬਾਲ ਰੂਪ ਚ ਨੇ, ਕਿਹੜੀ ਸਵਾਰੀ ਤੇ ਬੈਠਣਾ ਉਹਨਾਂ ਨੂੰ ਪਸੰਦ ਹੈ। ਪਾਲਕੀ ਵੀ ਭੇਜ ਦੇ, ਰੱਥ ਵੀ ਭੇਜ ਦੇ, ਘੋੜੇ ਵੀ ਭੇਜ ਦੇ, ਹਾਥੀ ਵੀ ਭੇਜ ਦੇ, ਜਿਹੜੇ ਜਿਹੜੀ ਸਵਾਰੀ ਤੇ ਵੀ ਸਵਾਰ ਹੋ ਕੇ ਆਉਣਾ ਚਾਹਣ, ਉਹਨਾਂ ਦੀ ਮਰਜ਼ੀ ਹੈ, ਉਹਦੇ ਤੇ ਉਹ ਸਵਾਰ ਹੋ ਕੇ ਆਉਣ। ਅਪਰ ਸਕਲ ਬਿਦ ਕੀ ਜੈ ਤਿਆਰੀ। ਹੋਰ ਸਾਰੀਆਂ ਤਿਆਰੀਆਂ ਕਰਕੇ ਉਹਨਾਂ ਦੇ ਸਤਕਾਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਰਹੇ। ਅਭਿਲਾਖਤ ਪਰ ਹੋਏ ਅਰੂਢੇ। ਜਿਹੜੀ ਸਵਾਰੀ ਤੇ ਉਹ ਚਾਹੁਣ, ਉਹ ਸਵਾਰੀ ਉਹਨਾਂ ਕੋਲ ਹਾਜ਼ਰ ਹੋਣੀ ਚਾਹੀਦੀ। ਜਿੰਨੀਆਂ ਸਵਾਰੀਆਂ ਨੇ ਤੇਰੇ ਕੋਲ, ਵਧੀਆ ਤੋਂ ਵਧੀਆ, ਵਧੀਆ ਤੋਂ ਵਧੀਆ ਰੱਥ, ਵਧੀਆ ਤੋਂ ਵਧੀਆ ਪਾਲਕੀ, ਉਹਨਾਂ ਦੇ ਕੋਲ ਭੇਜ, ਜਿਹਦੇ ਤੇ ਉਹ ਭਲਾਖਾ ਕਰਨ ਉਹਦੇ ਤੇ ਬੈਠ ਜਾਣ। ਬਾਲ ਬੈਸ ਜਿਨ ਆਸ਼ੈ ਗੂੜ। ਅਵਸਥਾ ਭਾਵੇਂ ਉਹਨਾਂ ਦੀ ਬਾਲਪਨੇ ਦੀ ਹੈ, ਪਰ ਜੇ ਉਹ ਸਿੱਖਾਂ ਦੇ ਅੱਠਵੇਂ ਗੁਰੂ ਨੇ, ਬਾਦਸ਼ਾਹ ਔਰੰਗਜ਼ੇਬ ਵੀ ਇਸ ਗੱਲ ਨੂੰ ਮੰਨਦਾ ਕਿ ਜੇ ਉਹ ਸਿੱਖਾਂ ਦੇ ਅੱਠਵੇਂ ਗੁਰੂ ਨੇ, ਉਮਰ ਭਾਵੇਂ ਬਾਲ ਵਾਲੀ ਅਵਸਥਾ ਵਾਲੀ ਹੈ, ਪਰ ਉਹਨਾਂ ਦੇ ਅੰਦਰ ਦਾ ਆਸ਼ਾ ਬੜਾ ਗੂੜ ਹੋਵੇਗਾ, ਤਦੇ ਉਹ ਸਿੱਖਾਂ ਦੇ ਗੁਰੂ ਨੇ। ਉਹਨਾਂ ਦੇ ਅੰਦਰ ਏਦਾਂ ਹੀ ਗੁਰੂ ਹਰਿਰਾਏ ਸਾਹਿਬ ਨੇ ਉਹਨਾਂ ਦੀ ਚੋਣ ਨਹੀਂ ਕੀਤੀ ਹੋਣੀ, ਕੋਈ ਗੱਲ ਤਾਂ ਜ਼ਰੂਰ ਹੈ, ਇਸੇ ਕਰਕੇ ਉਹ ਅੱਠਵੇਂ ਪਾਤਸ਼ਾਹ ਬਣੇ ਨੇ। ਦੇਓ ਪਠਾਏ ਉਪਾਇਨ ਨਾਨਾ।
ਦੀਆਂ ਪਟਾਵਾਂ ਵੀ ਭੇਜ ਉਹਨਾਂ ਦੇ ਪਾਸ ਅਮਰੀ ਦਿਸ਼ ਕੋ ਲਿਓ ਪਰਵਾਨਾ ਮੇਰੇ ਵੱਲੋਂ ਵੀ ਪਰਵਾਨਾ ਲੈ ਲੈ ਸਹਿਤ ਪ੍ਰਸੰਨਤਾ ਜਿਮ ਚੱਲ ਆਵੇ ਪ੍ਰਸੰਨਤਾ ਸਹਿਤ ਜਿਵੇਂ ਚੱਲ ਕੇ ਆਉਣ ਉਹ ਕੰਮ ਕਰਨਾ ਤਿਮ ਕਰੀਏ ਪੁੰਨ ਦਰਸ਼ਨ ਪਾਵੇ ਉਸੇ ਤਰ੍ਹਾਂ ਕਰਨਾ ਤੇ ਫਿਰ ਸਾਨੂੰ ਉਹਨਾਂ ਦੇ ਦਰਸ਼ਨ ਹੋਣਗੇ ਬਹੁ ਸਨਮਾਨ ਸਾਥ ਅਨਵਾਵੋ ਪੂਰੇ ਸਨਮਾਨ ਨਾਲ ਉਹਨਾਂ ਨੂੰ ਬੁਲਾਉਣਾ ਵੇਖੀ ਕਿਤੇ ਉਹਨਾਂ ਦੇ ਸਨਮਾਨ ਵਿੱਚ ਉਹਨਾਂ ਦੇ ਸਤਕਾਰ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਾ ਪਵੇ ਰੁਚਿਰ ਉਪਾਇਨ ਪ੍ਰਥਮ ਪਠਾਵੋ ਔਰ ਸੁੰਦਰ ਪਟਾਵਾਂ ਲੈ ਕੇ ਉਹਨਾਂ ਕੋਲ ਭੇਜੋ ਨਿਜ ਦਿਸ਼ ਤੇ ਬਹੁ ਬੇਨਤੀ ਲਿਖੀਏ ਆਪਣੇ ਵੱਲੋਂ ਉਹਨਾਂ ਦੇ ਕੋਲ ਬੇਨਤੀ ਲਿਖ ਕੇ ਭੇਜੋ ਆਪ ਆਏ ਦਿੱਲੀ ਪੁਰ ਦਿਖੀਏ ਬੇਨਤੀ ਇਹ ਲਿਖਣੀ ਕਿ ਮਹਾਰਾਜ ਆਓ ਆ ਕੇ ਆਪ ਜੀ ਦਿੱਲੀ ਨੂੰ ਦਰਸ਼ਨ ਦਿਓ ਸਭ ਸੰਗਤ ਕੋ ਦਰਸ਼ਨ ਦੇ ਕੇ ਇੱਥੇ ਆ ਕੇ ਦਿੱਲੀ ਚ ਸਾਰੀ ਸੰਗਤ ਨੂੰ ਆਪਣੇ ਦਰਸ਼ਨ ਦੇ ਕੇ ਅਮੋ ਮੋਦ ਉਪਜਾਵਨ ਕਹਿ ਕੇ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਬਖਸ਼ੋ ਸਾਡੇ ਸਾਰਿਆਂ ਦੀਆਂ ਹਿਰਦਿਆਂ ਦੀਆਂ ਕਾਂਖਾਵਾਂ ਇੱਛਾਵਾਂ ਮਨੋਰਥ ਪੂਰਨ ਕਰੋ ਕਰੋ ਸਨਾਥ ਦਾਸ ਮੋਇ ਜਾਨੋ ਰਾਜਾ ਜੈ ਸਿੰਘ ਤੂੰ ਆਪਣੇ ਵੱਲੋਂ ਇਹ ਗੱਲ ਲਿਖ ਕਿ ਸਤਿਗੁਰੂ ਜੀ ਕਿਰਪਾ ਕਰਕੇ ਆ ਕੇ ਮੈਨੂੰ ਸਨਾਥ ਕਰੋ ਮੈਂ ਅਨਾਥ ਹਾਂ ਔਰ ਮੈਨੂੰ ਸਨਾਥ ਕਰ ਦਿਓ ਇਤਿਆਦਕ ਲਿਖ ਬੋ ਤੁਮ ਠਾਨੋ ਇਤਿਆਦਕ ਜੋ ਤੇਰੇ ਮਨ ਚ ਪ੍ਰੇਮ ਭਾਵ ਆਉਂਦਾ ਉਹ ਚਿੱਠੀ ਵਿੱਚ ਲਿਖ ਕੇ ਰਾਜਾ ਜੈ ਸਿੰਘ ਸਤਿਗੁਰੂ ਜੀ ਦੇ ਕੋਲ ਸ੍ਰੀ ਕੀਰਤਪੁਰ ਸਾਹਿਬ ਭੇਜ ਦੇ ਸੁਨਤ ਸ਼ਾਹ ਤੇ ਜੈਪੁਰ ਰਾਜਾ ਰਾਜੇ ਜੈ ਸਿੰਘ ਨੇ ਇਹ ਗੱਲ ਜਦੋਂ ਸੁਣੀ ਬਾਦਸ਼ਾਹ ਔਰੰਗਜ਼ੇਬ ਕੋਲੋਂ ਕਹਿਤ ਪਇਓ ਮੈਂ ਕਰਹੁ ਕਾਜਾ ਕਹਿਣ ਲੱਗਾ ਜੀ ਮੈਂ ਇਹ ਕੰਮ ਕਰਾਂਗਾ ਇਹ ਜ਼ਿੰਮੇਵਾਰੀ ਬਾਦਸ਼ਾਹ ਜੇ ਤੁਸੀਂ ਮੇਰੀ ਲਾਉਂਦੇ ਹੋ ਤੇ ਮੈਂ ਨਿਭਾਵਾਂਗਾ ਜਿਤਕ ਸੇਵ ਮੁਝ ਤੇ ਬਣ ਜੈ ਹੈ ਜਿੰਨੀ ਸੇਵਾ ਮੇਰੇ ਕੋਲੋਂ ਹੋ ਸਕੇਗੀ ਬਣ ਸਕੇਗੀ ਉਹ ਮੈਂ ਕਰਾਂਗਾ ਤਿਤਕ ਪਲੋ ਸਤ ਗੁਰ ਕਰ ਦੇ ਹੈ ਨਾਲੇ ਮੈਂ ਜਿੰਨੀ ਸੇਵਾ ਕਰਾਂਗਾ ਮੈਨੂੰ ਇਹ ਭਰੋਸਾ ਹੈ ਸਤਿਗੁਰਾਂ ਨੇ ਮੈਨੂੰ ਓਨਾ ਫਲ ਦੇ ਵੀ ਦੇਣਾ ਮੇਰੇ ਸਤਿਗੁਰਾਂ ਦਾ ਇਹ ਘਰ ਦਾ ਬਿਰਦ ਮੈਂ ਸੁਣਿਆ ਗੁਰੂ ਨਾਨਕ ਸਾਹਿਬ ਦੇ ਘਰ ਦਾ ਕਿ ਉਹਨਾਂ ਦੇ ਘਰ ਪ੍ਰਤੀ ਅਗਰ ਕੋਈ ਕਾਲਣਾ ਕਾਲਦਾ ਤੇ ਇੱਕ ਤਿਲ ਮਾਤਰ ਵੀ ਸੇਵਕ ਦੀ ਕਾਲੀ ਕਾਲਣਾ ਉਹ ਅਜਾਈ ਨਹੀਂ ਜਾਣ ਦਿੰਦੇ ਮੈਂ ਜਿੰਨੀ ਸੇਵਾ ਕਰਾਂਗਾ ਮੇਰਾ ਓਨਾ ਹੀ ਉਹਨਾਂ ਨੇ ਭਲਾ ਕਰ ਦੇਣਾ ਇੱਕ ਤੋ ਕਹਿਣ ਆਪ ਕੋ ਭਇਓ ਇੱਕ ਤਾਂ ਬਾਦਸ਼ਾਹ ਤੁਸੀਂ ਕਹਿ ਦਿੱਤਾ ਮੈਨੂੰ ਤੁਹਾਡਾ ਵੀ ਹੁਕਮ ਹੈ ਦੁਤੀਏ ਸੇਵ ਕਰ ਦਰਸ਼ਨ ਲਇਓ ਦੂਜਾ ਮੇਰੇ ਫਾਇਦੇ ਦੀ ਗੱਲ ਇਹ ਹੈ ਕਿ ਉਹਨਾਂ ਦੀ ਸੇਵਾ ਕਰਕੇ ਮੈਂ ਉਹਨਾਂ ਦੇ ਦਰਸ਼ਨ ਪ੍ਰਾਪਤ ਕਰਾਂਗਾ ਕਿਰਪਾ ਕਰੇਂਗੇ ਵਰ ਕੋ ਦੇ ਹੈ ਉਹ ਆ ਕੇ ਮੇਰੇ ਤੇ ਕਿਰਪਾ ਕਰਨਗੇ ਔਰ ਮੈਨੂੰ ਵਰ ਬਖਸ਼ਣਗੇ ਖੁਸ਼ੀਆਂ ਬਖਸ਼ਣਗੇ ਯਾਂ ਤੇ ਹਮ ਸਭ ਰੀਤ ਰਿਜੇ ਹੈ ਔਰ ਅਸੀਂ ਸਰਵ ਪ੍ਰਕਾਰ ਨਾਲ ਉਹਨਾਂ ਨੂੰ ਰਿਝਾਵਾਂਗੇ ਪ੍ਰਸੰਨ ਕਰਾਂਗੇ ਅਦਕ ਪ੍ਰਤਾਪ ਤਿਨੋ ਕੋ ਆਹੈ ਉਹਨਾਂ ਦਾ ਵੱਡਾ ਭਾਰੀ ਪ੍ਰਤਾਪ ਹੈ ਸਾਰੇ ਜਗਤ ਵਿੱਚ ਸੰਸਾਰ ਵਿੱਚ ਨਰ ਸਮੁਦਾਏ ਜਹਾਂ ਕਹਿ ਕਹੇ ਹਰ ਪਾਸੇ ਉਹਨਾਂ ਦੀ ਸਿਫਤ ਹੁੰਦੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੋਭਾ ਹਰ ਇੱਕ ਮਨੁੱਖ ਦੀ ਜ਼ੁਬਾਨ ਤੇ ਹੈ ਕਿਮ ਬਿਰਤਾਂਤ ਪਾਸਬਾ ਮਝਾਰ ਇਹ ਤਾਂ ਰਾਜੇ ਜੈ ਸਿੰਘ ਔਰੰਗਜ਼ੇਬ ਤੇ ਬਾਬੇ ਰਾਮ ਰਾਏ ਦੀ ਆਪਸੀ ਵਾਰਤਾਲਾਪ ਹੋਈ ਹੈ ਖੈਰੀ ਠੀਕ ਕਾਰਨ ਕਾਰ ਐਸੇ ਨਿਰਣਾ ਕਰ ਲਿਆ ਕਿ ਗੁਰੂ ਸਾਹਿਬ ਨੂੰ ਬੁਲਾਉਣਾ ਹੈ ਤੇ ਉਹਨਾਂ ਨੂੰ ਇੱਥੇ ਬੁਲਾਉਣ ਦੀ ਜ਼ਿੰਮੇਵਾਰੀ ਰਾਜੇ ਜੈ ਸਿੰਘ ਦੀ ਹੈ ਉੱਠਿਓ ਸ਼ਾਹ ਅੰਤੈਪੁਰ ਗਈਓ ਬਾਦਸ਼ਾਹ ਨੇ ਸਭਾ ਬਰਖਾਸਤ ਕੀਤੀ ਤੇ ਉੱਠ ਕੇ ਆਪਣੀ ਸਭਾ ਚੋਂ ਆਪਣੇ ਮਹਿਲਾਂ ਚ ਚਲਾ ਗਿਆ ਅਪਰ ਸਰਬ ਦੁਰਗੈਨਿਤ ਸਈਓ ਬਾਕੀ ਵੀ ਜਿੰਨੇ ਉੱਥੇ ਅਹਿਲਕਾਰ ਵਜ਼ੀਰ ਸਨ ਸਾਰੇ ਉੱਠ ਉੱਠ ਕੇ ਚਲੇ ਗਏ ਆਪੇ ਆਪਨੇ ਪਹੁੰਚੇ ਡੇਰੇ ਜਿੱਥੇ ਕਿਸੇ ਦਾ ਡੇਰਾ ਸੀ ਮਹਿਲ ਸੀ ਸਭ ਉੱਥੇ ਪਹੁੰਚ ਗਏ।